ਸਟ੍ਰੇਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਹੈ ਜਿਵੇਂ ਕਿ ਕਾਫੀ ਦੇਰ ਤੋਂ ਸਿੱਖ ਚੱਤੇਬੰਦੀਆਂ ਵੀ ਮੰਗ ਕਰ ਰਹੀਆਂ ਸਨ ਵੀ ਜਗਤਾਰ ਸਿੰਘ ਹਵਾਰਾ ਅਤੇ ਬਾਕੀ ਜਿਹੜੇ ਸਿੱਖ ਨੌਜਵਾਨ ਜਿਹੜੇ ਜੇਲਾ ਕੱਟ ਰਹੇ ਨੇ ਅਤੇ ਕਾਫੀ ਸਮਾਂ ਉਹਨਾਂ ਨੇ ਆਪਣਾ ਜੇਲ੍ਹ ਚ ਹੀ ਬਤਾ ਲਿਆ ਤੇ ਕਾਫੀ ਜਿਹੜੀ ਕਹਿ ਸਕਦੇ ਆ ਵੀ ਉਹਨਾਂ ਨੇ ਜਿਹੜਾ ਵੀ ਕਹਿ ਸਕਦੇ ਆ ਵੀ ਕਾਫੀ ਸਮਾਂ ਉਹਨਾਂ ਨੇ ਜੇਲਾ ਦੇ ਵਿੱਚ ਹੀ ਬਤਾ ਲਿਆ ਤਾਂ ਸਮਾਨਤਾ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਸੀ ਕਾਫੀ ਦੇਰ ਤੋਂ ਕਿਹਾ ਜਾ ਰਿਆ ਸੀ ਵੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੇ ਵਿੱਚ ਹੁਣ ਵੱਡਾ ਅਪਡੇਟ ਇਹ ਸਾਹਮਣੇ ਆ ਵੀ ਸਰਕਾਰ ਨੂੰ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 5000 ਦਾ ਜੁਰਮਾਨਾ ਲਗਾ ਦਿੱਤਾ ਹੁਣ ਜੁਰਮਾਨਾ ਆਨੇ ਦਾ ਕਾਰਨ ਕੀ ਆ ਉਹ ਵੀ ਤੁਹਾਨੂੰ ਨਾਲ ਨਾਲ ਦੱਸਦੇ ਆ ਵੀ ਜਿਹੜਾ ਜਗਤਾਰ ਸਿੰਘ ਹਵਾਰਾ ਆ ਲੋ ਇੱਕ ਕੇਸ ਹੁੰਦਾ ਉਸ ਦੇ ਵਿੱਚ ਜ਼ਮਾਨਤ ਜਿਹੜੀ ਆ ਮੰਗੀ ਜਾਂਦੀ ਹੈ ਜਦੋਂ ਇਹ ਜ਼ਮਾਨਤ ਮੰਗੀ ਜਾਂਦੀ ਹੈ ਤੁਹਾਨੂੰ ਇਸ ਦੇ ਬਾਰੇ ਵੀ ਦੱਸਦੇ ਆ ਜਿਹੜਾ ਮੋਹਾਲੀ ਦੇ ਵਿੱਚ ਸੁਹਾਣਾ ਥਾਣੇ ਵਿੱਚ 1900 1998 ਦੇ ਵਿੱਚ ਇੱਕ ਮਾਮਲਾ ਜਿਹੜਾ ਹੈ ਦਰਜ ਅਗਿਆ ਹੁੰਦਾ ਤਾਂ ਉਹ ਮਾਮਲਾ ਜਦੋਂ ਦਰਜ ਹੁੰਦਾ ਦਰਜ ਮਾਮਲਾ ਵੀ ਦੱਸ ਦਿੰਦੇ ਆ ਬੀ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਜਿਹੜਾ ਹੈ ਦੇਸ਼ ਧਰੋਹ ਦਾ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਜਦੋਂ ਇਹ ਮਾਮਲਾ ਦਰਜ ਹੁੰਦਾ ਤਾਂ 2019 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਤਿਹਾਰ ਜੇਲ੍ਹ ਦੇ ਵਿੱਚ ਇਸ ਬਾਰੇ ਪਤਾ ਲੱਗਦਾ ਤਾਂ ਜ਼ਮਾਨਤ ਅਰਜੀ ਜਿਹੜੀ ਹੈ ਦਾਇਰ ਕੀਤੀ ਜਾਂਦੀ ਹੈ ਜ਼ਮਾਨਤ ਅਰਜੀ ਤੋਂ ਬਾਅਦ ਜਿਹੜਾ ਹੈ ਹੁਣ ਬਾਰ-ਬਾਰ ਸਰਕਾਰ ਨੇ ਕਹਿ ਸਕਦੇ ਆ ਵੀ ਹਜੇ ਤੱਕ ਆਪਣਾ ਜਿਹੜਾ ਜਵਾਬ ਨਹੀਂ ਦਿੱਤਾ ਸੀ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਜਵਾਬ ਮੰਗ ਰਹੀ ਸੀ ਤਿੰਨ ਵਾਰੀ ਉਹਨਾਂ ਨੇ ਜਿਹੜੇ ਆ ਨੋਟਿਸ ਭੇਜੇ ਸਨ ਜਵਾਬ ਦੇਣ ਵਾਸਤੇ ਨੋਟਿਸ ਭੇਜੇ ਸਨ ਪਰ ਸਰਕਾਰ ਨੇ ਜਿਹੜਾ ਇਹ ਤਿੰਨੋਂ ਵਾਰੀ ਜਵਾਬ ਨਹੀਂ ਦਿੱਤਾ ਅਤੇ ਹੁਣ ਜਿਹੜਾ ਇਹ ਸਰਕਾਰ ਨੇ ਆ ਜਿਹੜਾ ਕਹਿ ਸਕਦੇ ਆ ਵੀ ਕੋਰਟ ਨੇ ਜਿਹੜਾ ਹੈ ਹਾਈ ਕੋਰਟ ਨੇ ਸਰਕਾਰ ਦੇ ਉੱਤੇ ਜੁਰਮਾਨਾ ਲਗਾ ਦਿੱਤਾ 5000 ਦਾ ਇਹ ਜੁਰਮਾਨਾ ਲਗਾਇਆ ਗਿਆ ਅਤੇ ਪਜੀ ਜਿਹੜਾ ਇਹ ਜੁਰਮਾਨਾ ਤੁਹਾਨੂੰ ਦੱਸ ਦਿੰਦੇ ਆ ਵੀ ਜਾ ਕੇ ਸਰਕਾਰ ਨੂੰ ਜਿਹੜਾ ਇਹ ਪੇ ਕਰਨਾ ਪਏਗਾ ਪਜੀ ਜਾ ਕੇ ਜਿਹੜਾ ਪੇ ਕਰਨਾ ਪਊਗਾ ਅਤੇ ਅਗਲੀ ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਇਹ ਜੁਰਮਾਨਾ ਜਿਹੜਾ ਇਹ ਪੇ ਕਰਨਾ ਪਏਗਾ ਇਸ ਦਾ ਕਾਰਨ ਕੀ ਹੈ ਜੁਰਮਾਨਾ ਕਿਉਂ ਲਗਾਇਆ ਗਿਆ ਕਿਉਂਕਿ ਸਰਕਾਰ ਕੋਲ ਜਵਾਬ ਮੰਗਿਆ ਗਿਆ ਸੀ ਸਰਕਾਰ ਕੋਲ ਜਵਾਬ ਮੰਗਿਆ ਜਾਂਦਾ ਜਿਹੜਾ ਮਾਮਲਾ ਹੁੰਦਾ ਜਿਹੜਾ ਮਾਮਲੇ ਦੇ ਵਿੱਚ ਜਗਤਾਰ ਸਿੰਘ ਹਵਾਰੇ ਦੇ ਉੱਤੇ ਦੇਸ਼ ਧ్రోਹ ਦਾ ਮਾਮਲਾ ਜਿਹੜਾ ਇਹ ਦਰਜ ਕੀਤਾ ਜਾਂਦਾ ਜਗਤਾਰ ਸਿੰਘਵਾਰਾ ਤੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਉਸਤੇ ਜਵਾਬ ਜਿਹੜਾ ਮੰਗਿਆ ਗਿਆ ਸੀ ਤਾਂ ਜਵਾਬ ਸਰਕਾਰ ਕੋਲ ਮੰਗਿਆ ਜਾਂਦਾ ਪਰ ਸਰਕਾਰ ਕੋਲ ਤਿੰਨ ਵਾਰੀ ਜਵਾਬ ਮੰਗੇਗਾ ਪਰ ਤਿੰਨੋਂ ਵਾਰੀ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਜਦੋਂ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਐਂ ਹਰਿਆਣਾ ਹਾਈ ਕੋਰਟ ਨੇ ਜਿਹੜਾ ਇਹ ਅੱਜ ਜੁਰਮਾਨਾ ਲਗਾ ਦਿੱਤਾ 5000 ਦਾ ਜਿਹੜਾ ਜੁਰਮਾਨਾ ਲਗਾ ਦਿੱਤਾ ਤੇ ਇਹ ਵੀ ਗੱਲ ਕਹੀ ਆ ਵੀ ਅਗਲੀ ਤਰੀਕ ਤੱਕ ਮਤਲਬ ਕਿ ਅਗਲੀ ਪੇਸ਼ੀ ਤੱਕ ਜਿਹੜਾ ਇਹ ਉਹਨਾਂ ਨੂੰ ਪੇ ਸਾਰਾ ਜਿਹੜਾ ਜੁਰਮਾਨਾ ਕਰਨਾ ਪਏਗਾ ਅਗਲੀ ਸੁਣਵਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ PGI ਦੇ ਵਿੱਚ ਗਰੀਬ ਕਰੀਬ ਮਰੀਜ਼ ਫੰਡ ਜਿਹੜਾ ਹੁੰਦਾ ਉਸ ਦੇ ਵਿੱਚ ਇਹ ਰਕਮ ਜਿਹੜੀ ਹੈ 5000 ਰੁਪਏ ਦੀ ਜਮ੍ਹਾਂ ਕਰਾਣੀ ਪਵੇਗੀ ਤਾਂ ਹੁਣ ਲਗਾਤਾਰ ਆਪ ਸਭ ਨੂੰ ਪਤਾ ਵੀ ਸਿੱਖ ਜੱਥੇਬੰਦੀਆਂ ਦੀ ਵੀ ਲਗਾਤਾਰ ਮੰਗ ਸੀ ਵੀ ਉਹਨਾਂ ਨੂੰ ਕਾਫੀ ਸਮਾਂ ਜੜਾਏ ਹੋ ਚੁੱਕਾ ਹੈ ਜੇਲ੍ਹ ਦੇ ਵਿੱਚ ਕਾਫੀ ਸਮਾਂ ਹੋ ਚੁੱਕਾ ਹੈ ਤਾਂ ਉਹਨਾਂ ਦੀ ਜਿਹੜੀ ਰਿਹਾਈ ਨੂੰ ਲੈ ਕੇ ਅਕਸਰ ਆਪ ਸਭ ਨੂੰ ਪਤਾ ਵੀ ਕਿਸ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਵੀ ਜਿਹੜੇ ਹੋਏ ਸਨ ਸਰਕਾਰ ਬਣਨ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਵੀ ਜਿਹੜੇ ਧਰਨਾ ਪ੍ਰਦਰਸ਼ਨ ਹੁੰਦੇ ਰਹੇ ਅਤੇ ਸਿੱਖ ਜੱਥੇਬੰਦੀਆਂ ਦੀ ਪਿਛਲੀ ਸਰਕਾਰ ਤੋਂ ਵੀ ਇਹੀ ਮੰਗ ਸੀ ਤੇ ਹੁਣ ਦੀ ਸਰਕਾਰ ਕੋਲ ਵੀ ਇਹੀ ਮੰਗ ਹੈ ਵੀ ਜਲਦ ਤੋਂ ਜਲ ਜਿਹੜੀ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਹੁਣ ਗੱਲ ਏ ਦੀਪ ਸਰਕਾਰ ਤੇ ਜਿਹੜਾ ਜੁਰਮਾਨਾ ਹੈ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਲਗਾ ਦਿੱਤਾ ਹੈ